ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿੰਪੀ ਸਿੱਧੂ, ਤੁਸੀਂ ਦੇਖ ਰਹੇ ਹੋ ਟ੍ਰੈਂਡਸੈਟਰ ਪੰਜਾਬੀ। ਟ੍ਰੈਂਡਸੈਟਰ ਪੰਜਾਬੀ 'ਤੇ ਤੁਹਾਨੂੰ ਪਤਾ ਹੀ ਹੈ, ਹਰ ਵੀਕਐਂਡ 'ਤੇ ਤੁਹਾਡੇ ਲਈ ਮੈਂ ਲੈ ਕੇ ਆਉਂਦੀ ਹਾਂ ਗੱਪ ਸ਼ੱਪ ਵਿੱਚ ਚਾਹ ਦਾ ਕੱਪ। ਚਾਹ ਦਾ ਕੱਪ ਤਹਿਤ ਤੁਹਾਨੂੰ ਮਿਲਵਾਉਂਦੀ ਹਾਂ ਮਾਣਮੱਤੀਆਂ ਪਰਸਨੈਲਿਟੀਜ਼ ਦੇ ਨਾਲ। ਅੱਜ ਕਿਸ ਨਾਲ ਮਿਲਾਉਣ ਜਾ ਰਹੀ ਹਾਂ? ਪੰਜਾਬੀ ਫਿਲਮਾਂ ਦੇ ਵਿੱਚ, ਹਿੰਦੀ ਫਿਲਮਾਂ ਦੇ ਵਿੱਚ ਆਪਣੇ ਫਨ ਦਾ ਲੋਹਾ ਮਨਵਾ ਰਿਹਾ ਸਾਡਾ ਯੰਗਸਟਰ ਨੌਜਵਾਨ ਅਦਾਕਾਰ, ਜਿਹੜਾ ਕਿ ਪੰਜਾਬ ਦਾ ਹੀ ਜੰਮਪਲ, ਅੱਜ ਕੱਲ੍ਹ ਬੋਂਬੇ ਰਹਿ ਰਿਹਾ ਹੈ। ਮੇਰੀ ਮੁਰਾਦ ਲਖਵਿੰਦਰ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ ਬੀਪੀ ਜੀ, ਔਰ ਟ੍ਰੈਂਡਸੈਟਰ ਪੰਜਾਬੀ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਤੁਸੀਂ ਜਿਹੜਾ ਮੈਨੂੰ ਗੱਪਸ਼ਾ ਵਿੱਚ ਚਾਹ ਦਾ ਕੱਪ ਦੇ ਵਿੱਚ ਸੱਦ ਕੇ ਮਨ ਬਖਸ਼ਿਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਲਖਵਿੰਦਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੱਪਸ਼ਪ ਚਾਹ ਦਾ ਕੱਪ ਦੇ ਵਿੱਚ। ਜਿੱਦਾਂ ਸਾਡੇ ਦਰਸ਼ਕ ਤੁਹਾਨੂੰ ਜਾਣਦੇ ਨੇ ਚੰਗੀ ਤਰ੍ਹਾਂ ਵੱਖ ਵੱਖ ਫਿਲਮਾਂ ਦੇ ਵਿੱਚ, ਉਹਨਾਂ ਨੇ ਤੁਹਾਨੂੰ ਵੇਖਿਆ ਹੋਇਆ, ਤੁਸੀਂ ਪੰਜਾਬ ਦੇ ਜੰਮਪਲੋਂ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਦੇ ਪੜ੍ਹੇ ਹੋਏ ਹੋ, ਫਿਰ ਤੁਸੀਂ ਬੋਂਬੇ ਜਾ ਕੇ ਸਟਰਗਲ ਲੰਬਾ ਕੀਤਾ। ਸਾਰੇ ਸਫ਼ਰ ਤੋਂ ਪਹਿਲਾਂ ਤੁਹਾਡੇ ਮੁੱਢਲੇ ਸਫ਼ਰ ਦੀ ਗੱਲ ਕਰੀਏ, ਆਪਣੀ ਪਹਿਚਾਣ, ਆਪਣੀ ਮਾਤ ਭੂਮੀ ਦੇ ਬਾਰੇ ਵਿੱਚ ਸਾਨੂੰ ਦੱਸੋ, ਕਿੱਥੋਂ ਦੇ ਜੰਮੇ ਪਲੇ ਹੋ? ਹਾਂਜੀ ਵਿੰਪੀ ਜੀ, ਮੇਰਾ ਪਿੰਡ ਖਨੌਰੀ ਦੇ ਨਾਲ ਹੀ ਡਿਸਟ੍ਰਿਕਟ ਪਟਿਆਲਾ ਦਾ ਹਰਿਆਣੇ ਦੇ ਬਾਰਡਰ 'ਤੇ ਲਾਸਟ ਪਿੰਡ ਪੈ ਜਾਂਦਾ ਟਾਬੀ ਜੀ। ਔਰ ਮੇਰੇ ਪਿਤਾ ਸਰਦਾਰ ਬਾਊ ਸਿੰਘ ਜੀ, ਮਾਤਾ ਸਰਦਾਰਨੀ ਬਲਵੰਤ ਕੌਰ ਜੀ ਨੇ, ਅਤੇ ਅਸੀਂ ਚਾਰ ਭਰਾ ਅਤੇ ਇੱਕ ਭੈਣ ਨੇ, ਸਭ ਤੋਂ ਵੱਡੇ ਭੈਣ ਜੀ ਨੇ। ਅੱਛਾ ਲਖਵਿੰਦਰ, ਅੱਜ ਕੱਲ੍ਹ ਤਾਂ ਸਮਾਂ ਜਿਹੜਾ ਹੈਗਾ ਬਹੁਤ ਚੇਂਜ ਹੋ ਗਿਆ, ਬੱਚੇ ਬਹੁਤ ਜ਼ਿਆਦਾ ਸ਼ਾਰਪ ਨੇ, ਪੇਰੈਂਟਸ ਬਹੁਤ ਜ਼ਿਆਦਾ ਕੌਨਸ਼ੀਅਸ ਨੇ, ਪੂਰਾ ਧਿਆਨ ਰੱਖਦੇ ਆ ਕਿ ਸਾਡੇ ਬੱਚੇ ਦਾ ਇੱਧਰ ਜ਼ਿਆਦਾ ਇੰਟਰਸਟ ਹੈ ਅਤੇ ਉਹਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਸਾਡੇ ਸਮਿਆਂ 'ਚ ਇਹ ਸਭ ਕੁਛ ਨਹੀਂ ਹੁੰਦਾ ਸੀ, ਅਤੇ ਲਖਵਿੰਦਰ ਨੂੰ ਸਕੂਲ ਪੜ੍ਹਦਿਆਂ ਕਦੋਂ ਪਤਾ ਲੱਗਾ ਕਿ ਮੇਰੇ ਅੰਦਰ ਇੱਕ ਅਦਾਕਾਰ ਹੈ, ਅਤੇ ਉਹ ਟੈਲੈਂਟ ਕਿਵੇਂ ਬਾਹਰ ਆਇਆ, ਕਦੋਂ ਬਾਹਰ ਆਇਆ? ਇਹ ਸਕੂਲ ਟਾਈਮ ਦੇ ਵਿੱਚ ਹੀ ਹੋ ਗਿਆ ਸੀਗਾ, ਇਹ ਲੱਗਣ ਲੱਗ ਗਿਆ ਸੀ ਕਿ ਹਾਂ, ਬਟ ਮੈਂ ਉਦੋਂ ਸੰਗ ਜਾਂਦਾ ਸੀਗਾ। ਫਿਰ ਮੈਂ ਪਬਲਿਕ ਕਾਲਜ ਸਮਾਣੇ ਦੇ ਵਿੱਚ ਜਦੋਂ ਪਲੱਸ ਵਨ ਦੇ ਵਿੱਚ ਐਡਮਿਸ਼ਨ ਲਿਆ, ਅਤੇ ਮੈਂ ਦੱਸ ਦੇਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਪ੍ਰੋਫੈਸਰ ਬਲਜਿੰਦਰ ਨਸਰਾਲੀ ਜੀ, ਉਹਨਾਂ ਨੇ ਮੇਰੀ ਮਾਂ ਫੜੀ, ਔਰ ਉਹ ਬਹੁਤ ਹੀ ਮਾਣਮੱਤੀ ਸ਼ਖਸੀਅਤ ਨੇ ਪੰਜਾਬੀ ਸਾਹਿਤ ਦੀ, ਅਤੇ ਮੇਰੇ ਮੈਂਟਰ ਨੇ, ਮੇਰੇ ਗੁਰੂ ਨੇ। ਬਿਲਕੁਲ ਬਿਲਕੁਲ। ਅੱਛਾ ਲਖਵਿੰਦਰ, ਕਿ ਪਿੰਡ ਦਾ ਮੁੰਡਾ ਪਹਿਲਾਂ ਸਕੂਲ, ਪਿੰਡ ਦੇ ਸਕੂਲ 'ਚ ਪੜ੍ਹਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਸਮਾਣੇ ਪਬਲਿਕ ਕਾਲਜ ਦੇ ਵਿੱਚ ਪੜ੍ਹਦਾ, ਉਸ ਤੋਂ ਬਾਅਦ ਦੇ ਯੂਨੀਵਰਸਿਟੀ ਆਉਣ ਦਾ ਡ੍ਰੀਮ ਕਿਵੇਂ ਬਣਿਆ, ਸੁਪਨਾ ਕਿਵੇਂ ਤੁਸੀਂ ਬਣਿਆ ਅਤੇ ਕਿਵੇਂ ਯੂਨੀਵਰਸਿਟੀ ਪਹੁੰਚੇ? ਬਹੁਤ ਵਧੀਆ ਸਫ਼ਰ ਰਿਹਾ ਜੀ, ਕਿਉਂਕਿ ਮੈਂ ਪਬਲਿਕ ਕਾਲਜ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਮੈਂ ਮਹਿੰਦਰਾ ਕਾਲਜ ਪਟਿਆਲੇ ਤੋਂ ਕੀਤੀ, ਅਤੇ ਉੱਥੇ ਆ ਕੇ ਫਿਰ ਮੈਂ ਜਿਹੜਾ ਹੈਗਾ ਕਿ ਥੀਏਟਰ ਨੂੰ ਆਪਦਾ ਰੈਗੂਲਰ ਕਰਦਾ ਰਿਹਾ, ਅਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਪੰਜਾਬ ਯੂਨੀਵਰਸਿਟੀ ਲੱਗ ਗਿਆ। ਅੱਛਾ ਲਖਵਿੰਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਦਾਂ ਐਜੂਕੇਸ਼ਨ ਦਾ ਹੱਬ ਹੈ, ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋ, ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਦੇ ਵਿੱਚ ਰਹੇ ਹੋ, ਕੋਈ ਸਾਂਝਾ ਕਰਨਾ ਚਾਹੋਗੇ ਉਹ ਟੀਚਰਸ, ਉਹ ਲੋਕ ਜਿਨ੍ਹਾਂ ਤੋਂ ਤੁਸੀਂ ਸਿੱਖਿਆ, ਜਿਨ੍ਹਾਂ ਨੇ ਤੁਹਾਨੂੰ ਮੋਟੀਵੇਟ ਕੀਤਾ, ਉਹਨਾਂ ਦੇ ਜ਼ਿਕਰ ਕਰਨਾ ਚਾਹੋਗੇ? ਹਾਂਜੀ ਹਾਂ ਬੀਬੀ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਥੀਏਟਰ ਸ਼ੁਰੂ ਕੀਤਾ ਅਤੇ ਮੇਰੇ ਉਸਤਾਦ ਜਨਾਬ ਲੱਖਾ ਲਹਿਰੀ ਜੀ, ਪ੍ਰੋਫੈਸਰ ਬਲਜਿੰਦਰ ਨਸਰਾਲੀ ਜੀ ਨੇ ਮੈਨੂੰ, ਹਾਂਜੀ, ਉਹਨਾਂ ਨਾਲ ਮਿਲਾਇਆ, ਔਰ ਮੇਰੇ ਉਸਤਾਦ ਜਨਾਬ ਲੱਖਾ ਲਹਿਰੀ ਜੀ ਨੇ, ਮੈਂ ਉਹਨਾਂ ਤੋਂ ਬੜਾ ਮੁਤਾਸਰ ਰਿਹਾ, ਰਾਜਵਿੰਦਰ ਸਮਰਾਲਾ ਜੀ। ਅਤੇ ਜੇ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਸੱਚੀ ਦੱਸਦਾ ਤੁਹਾਨੂੰ ਕਿ ਸਾਰੇ ਹੀ ਟੀਚਰ ਬੜੇ ਹੀ ਬਹੁਤ ਸਤਿਕਾਰਯੋਗ ਔਰ ਬਹੁਤ ਹੀ ਉੱਚ ਕੋਟੀ ਦੇ, ਤੁਹਾਨੂੰ ਮੈਂ ਕਹਾਂ ਕਿ ਗਿਆਨਵਾਨ ਮਾਸਟਰ ਬੰਦੇ ਸੀਗੇ ਸਾਰੇ। ਨਾਂ ਲਈਏ ਤਾਂ ਆਪਾਂ ਮੈਡਮ ਨਵਿੰਦਰਾ ਬਹਿਲ ਜੀ, ਮੈਡਮ ਕਮਲੇਸ਼ ਉੱਪਲ ਜੀ, ਹਾਂਜੀ, ਯੋਗੇਸ਼ ਗੰਭੀਰ ਜੀ, ਗੁਰਚਰਨ ਸਰ, ਮੈਡਮ ਸੁਨੀਤਾ ਧੀਰ ਜੀ। ਸੁਨੀਤਾ ਧੀਰ ਜੀ, ਉਹਨਾਂ ਦੇ ਉਦੋਂ ਫਿਲਮਾਂ ਵੇਖਦੇ ਹੁੰਦੇ ਸੀ ਅਸੀਂ, ਬਦਲਾ ਜੱਟੀ ਦਾ ਫਿਲਮ, ਹਾਂਜੀ, ਕਿ ਹਾਂ ਉਦੋਂ ਪਤਾ ਲੱਗਾ ਕਿ ਅੱਛਾ ਯਾਰ, ਅੱਛਾ ਇਹ ਉਹਨੇ ਕਿ ਜਿਹਨਾਂ ਦੀ ਤਾਂ ਫਿਲਮਾਂ ਵੇਖਦੇ ਹੋ, ਗੁਲਾਬੋ, ਬਦਲਾ ਜੱਟੀ ਦਾ, ਹਾਂਜੀ, ਲੱਗਦਾ ਗੁਲਾਬੋ ਆ ਗਈ। ਅਤੇ ਔਰ ਸੋ ਬਹੁਤ ਹੀ ਪਿਆਰੀਆਂ ਔਰ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਰਹੀਆਂ ਨੇ ਡਿਪਾਰਟਮੈਂਟ ਦੀਆਂ। ਔਰ ਜੇ ਮੈਂ ਪੰਜਾਬੀ ਥੀਏਟਰ ਦੀ ਗੱਲ ਕਰਾਂ ਔਰ ਹਿੰਦੀ ਥੀਏਟਰ ਦੀ ਗੱਲ ਕਰਾਂ, ਹਿੰਦੀ ਦੇ ਵਿੱਚ ਪ੍ਰੇਮ ਮਟਿਆਨੀ ਜੀ, ਉਹਨਾਂ ਨਾਲ ਮੈਂ ਕੰਮ ਕੀਤਾ, ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਸੀਗੇ ਉਹ, ਰੀਤਾ ਗਾਂਗੋਲੀ ਜੀ ਸੀਗੇ, ਸੱਤਿਆਵਰਤ ਰਾਵਤ ਜੀ ਸੀਗੇ, ਪਾਰਥੋ ਬੈਨਰਜੀ ਸੀ। ਪੰਜਾਬ ਦੀ ਗੱਲ ਕਰੀਏ ਤੇ ਮੈਂ ਕੇਵਲ ਧਾਲੀਵਾਲ ਜੀ ਉਹਨਾਂ ਨਾਲ, ਹਾਂਜੀ ਹਾਂਜੀ, ਕੇਵਲ ਭਾਜੀ ਉਹਨਾਂ ਨਾਲ, ਫਿਰ ਸੈਮਲ ਜੌਨ ਭਾਜੀ, ਹਾਂਜੀ ਹਾਂਜੀ, ਤੇ ਸੁਖੀ ਪਾਤੜਾਂ ਵਾਲੇ, ਤੇ ਇਹਨਾਂ ਨਾਲ ਮੈਂ ਥੀਏਟਰ ਕੀਤਾ। ਔਰ ਮਨੋਹਰ ਲਾਲ ਜੀ ਹੁੰਦੇ ਸੀਗੇ, ਉਹ ਪਿੱਛੇ ਜੇ ਮੈਨੂੰ ਪਤਾ ਲੱਗਾ ਕਿ ਉਹ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਔਰ ਰਾਜਵਿੰਦਰ ਸਮਰਾਲਾ ਭਾਅ ਜੀ ਹੁਣੇ, ਸੋ ਬੜਾ ਹੀ ਵਧੀਆ ਔਰ ਬੜਾ ਖੁਸ਼ਗਵਾਰ ਜਿਹੜਾ ਮੇਰਾ ਉਹ ਵਕਤ ਸੀਗਾ ਉਹ ਰਿਹਾ।
हाँ जी, और सारे का मैनू लगता है कि जो अज मैं इतने सहयोग के नाल उन्होंने आशीर्वाद के नाल अज मैं इतने पहुंचे। लखविंदर एम ए थिएटर एंड टैलीविजन डिपार्टमेंट के पढ़ते हैं, बहुत कुछ सीखिया, थिएटर भी तुसी कीता, फिर उस तो बाद तो किमें सुपना तुसी बना बुनिया अपना तो कि पंजाब दे विच रहन दे नालों बॉम्बे जाण नूं प्रैफर क्यों किया? मेरा ख्वाब बॉलीवुड सीगा और मैनूं शुरू तो सीगा कि मैं बॉलीवुड दे विच जावां, उत्थे हिंदी फिल्मां करां। अच्छा लखविंदर, तुसी बॉम्बे जाके बहुत मेहनत की, हर नौजवान जिहड़ा है उत्थे जाके बहुत स्ट्रगल करता है, तुसी स्ट्रगल तो बाद दे विच तुहानूं फिल्मां मिलियां कीतियां, तुसी वड्डे वड्डे अदाकारां दे नाल सोहाली खान, विवेक ओबराई उहनां दे नाल काम कीता, पर उस तो पहला आप जे पंजाबी फिल्मों की गल करिए, क्योंकि तुम्हें ब्रेक पंजाबी फिल्मों तो मिली सी, तो पंजाबी फिल्मों के ब्रेक किमें मिली वो सानू जरूर दसो। हाँ जी, शुरुआत दे विच की सीगा, मैं दादा तो कि जो मैं ग्रैजुएशन ना पोस्ट ग्रैजुएशन की पंजाबी यूनिवर्सिटी बटाले तो उदों ही मैं 2005 दे विच महाराजा रणजीत सिंह शो दे विच काम करना मिलिया, तो राज बब्बर जी उन्होंने प्रोड्यूस किया सी, हाँ जी, तो चित्रार्थी डायरैक्टर सीगे उहदे, तो उदों ही फिर मैं एक फिल्म बाबल का वेड़ा रिण पित्रा का नाटक सीगा दलीप कौर टिवाणा जी का, वो बड़ा सोहना करैक्टर सीगा मेरा एक जी। फिर मैं मुंबई चला गया, तो पंजाबी की गल करिए जो बतौर हीरो फिर मेरिया फिल्म आई पच्ची किले, टोल रत्ती फिल्म आई, हाँ जी, मिट्टी ना फरोल जोगी, फिर हुण पिछे हुई सी रिलीज पंजाबी कॉमेडी फिल्म सी आपे पेंड से आपे। हाँ बिल्कुल, बहुत अच्छा जिहड़ा तुहाडा सफर रहा पंजाबी फिल्मों का अपना लखविंदर, पर इस तो इलावा तुसी कुछ वैब सीरीज भी कीतियां हुई ने? हाँ जी हाँ, मैं वैब सीरीज़ की जी पंजाबी, मैं दस दया कि कुलपिंदर कोकी भाजी साढ़े कुलपिंदर शर्मा जी मेरे सीनियर भी ने, मेरे भरा भी ने वे, और उन्होंने नाल मैं की वाह जुगनी वाह। तुहाडा काम बहुत अच्छा सी वाह जुगनी वाह दे विच, तुसी सैकंड लीड ते काम किया, और तुसी जिन्हां दा जिक्र किया वह इस ट्रेंड सेटर पंजाबी चैनल के ऑनर भी ने और मेरे मियाँ जी भी ने, और मैं दस देना चाहनी हूँ साढ़े दर्शकों कि जेकर तुसी वाह जुगनी वाह देखना चाहते हो देखो जरूर, बहुत अच्छी वैब सीरीज है, 11 एपीसोड ने उसते, पंजाबी का पहला OTT प्लेटफॉर्म है हीरोज़, तुसी उत्थे जाके वाह जुगनी वाह नूं देख सकते हो, जरूर देखियो। जी हाँ जी, बड़िया खूबसूरत बड़िया प्यारियां यादा जुड़िया हुई ने उस शो दे नाल मेरियां। लखविंदर हुण आपां बॉम्बे की गल करते हैं, बॉम्बे जाके तुसी बहुत मेहनत की, स्ट्रगल किया तुसी, पर लकीली तुहानूं मुकाम भी मिलिया, तुसी काम मिलिया तुहानूं बहुत अच्छा है ना, तो अज का जिहड़ा साडा यूथ है, साडे यंगस्टर्स जिहड़े हैगे, क्योंकि मीडिया कि इहो जिहा फील्ड है, इहो जिही लाइन है जिहड़ी कि बंदे नूं बहुत छेती भरमा लैंदी है, हर एक बंदा अपने आप नूं तसव्वुर करन लगदा कि मैं मीडिया दे विच आवां, मैं रातों रात स्टार बन जावां, है ना, पेशेंस जो कि बहुत ज़्यादा चाहिए होंगे, तो उत्थे जा के किदां दा स्ट्रगल साढ़े यंगस्टर्स नूं करना पैंदा है, कि वो डिप्रैशन दे विच भी आउंदे ने, जां फिर कौन उन्हां नूं उत्थे संभालदा है, जो कोई इमोशनली इकनोमिकली किदां दे हालात जिहड़े साडे नाल सांझे करो? मेरी खुशकिस्मती रही है कि मैं इत्थों ट्रेंड होके गया, बिल्कुल पहली गल, बिल्कुल, और हालात क्योंकि मेरा तो रोज़ उत्थे किसी ना किसी नाल वाह पैंदा रहिंदा सीगा, मैं बहुत नौजवान मुंडिआं नूं वेखदा सी उत्थे मुंबई दे विच कि मुंडे नूं स्ट्रगल करदे आ, पर वो प्रॉब्लम की सी उन्हां दी, क्योंकि वह ख्वाब तो लैके आ गए सीगे, पर हुनर नहीं सी नाल लैके आए, हाँ जी, इत्थे मार खांदे सीगे, दोनों चीजें दा जिहड़ा सुमेल आ होना बहुत हाँ ज्यादा जरूरी है। हाँ, पर यह भी कहा जाता है लखविंदर कि उत्थे हुनर होने के बावजूद कॉम्पीटिशन बहुत ज्यादा है, बहुत ज़्यादा कॉम्पीटिशन है, तो बच्चों के हिस्से फ्रस्ट्रेशन भी साढ़े यंगस्टर्स के हिस्से आती है, कौन है यहोजे समय च उत्थे कोई पर्सनैलिटीज़ जिहड़ियां यंगस्टर्स दा दी बांह फड़दियां होण, जां साढ़े इत्थों दे एस्टैबलिश हो चुके कलाकार उन्होंने सपोर्ट करते होण, मतलब किदां दा, जिदा हुण असीं शाहरुख खान उन्होंने गल करिए तो उन्होंने एक स्ट्रगलफुल लाइफ रही है, हर बंदे की स्ट्रगलफुल लाइफ है ना, जिहड़ा जाके उत्थे काम करदा। मैनूं ना कबीर साहब दीआं कुछ लाइनां याद आउंदियां ने, कबीर साहब कहिंदे धीरे धीरे रे मना धीरे सब कुछ होए, माली सींचे सो घड़ा ऋतु आए फल, क्या बात, बहुत अच्छा, और ये चीज़ होनी बहुत ज़्यादा, ये सब तो वड्डी चीज़ साडे फील्ड दे विच हैगी है जी, सबर ते संतोख। अच्छा लखविंदर, बहुत वधिया तुसी गल्लां साडे नाल कर रहे हो, ये गल तुहाडी बिल्कुल जायज़ है,
कि पेशेंस होना बहुत ज़्यादा जरूरी है, क्योंकि मन है जिहड़ा, ये मीडिया जिहड़ा लाइन है, मीडिया की जिहड़ी लाइन है, ये मन काला बहुत पैंदा, भटकदा बहुत है। जिद्दां रातों रात स्टार ओवर ड्रीम्स जिहड़े हैगे आ बच्चों के आउंदे ने, मन की तो गुरबाणी के भी गल हुई है कि मन जीते जगजीत, जे मन जित ले फिर तो सारे मसले ही मैनूं लगदा हल हो जाते हैं। मेरा सिस्टम कुछ होर रहा है, मैं कभी अपना दिमाग नहीं लाया, सच्ची गल दसदा तुहानूं, अज मैं कैमरे दे अगे मेरा तो वो गुरबाणी दे विच आउंदा है ना कि मेरा मुझ में कुछ नहीं, जो कुछ है सो तेरा, तेरा तुझको सौंपते क्या लग गया मेरा। सिर्फ उस वाहिगुरु की कृपा दे नाल मैनूं वो हुनर मिलिया, और जे मैनूं पता सीगा जे उहने हुनर दित्ता है तो मैनूं काम भी देगा, काम ब्रेक भी देगा। अच्छा लखविंदर, बॉम्बे च स्ट्रगल करदिआं करदिआं पहली ब्रेक किद्दां ते कदों मिली? मुंबई के जदों मैं 31 अक्टूबर फिल्म की जी आप जिक्र कर रहे थे, सुहाली खान उन्होंने नाल, वीरदास उन्होंने नाल, तो उत्थे की होंगे जी कि ऑडिशन होंगे ने, हाँ जी, और उत्थे बकायदा तुहानू बुलाया जाता है, वह भी लुक टैसट होंगी है तुहाडी बकायदा, उत्थे मेरी लुक टैसट हुई बकायदा, उन्होंने प्रॉपर मेरे तो जो फिल्म के संवाद से बुला के वेखे उन्होंने, और ਤੁਸੀਂ ਇਹ ਲਾ ਲਓ ਕਿ ਸੂਈ ਦੇ ਨੱਕੇ ਜੋ ਕੱਢਦੇ ਆ ਉਹ ਕਰਦੇ ਆ, ਬਿਲਕੁਲ ਫਿਰ ਕਿਤੇ ਜਾ ਕੇ ਤੁਹਾਨੂੰ ਕੰਮ ਮਿਲਦਾ, ਬਿਲਕੁਲ ਬਿਲਕੁਲ। ਸ਼ੁਕਰ ਹੈ ਵਾਹਿਗੁਰੂ ਦਾ ਕਿ ਮੈਂ ਦੱਸ ਦਿਆਂ ਕਿ 2005 ਦੇ ਵਿੱਚ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਸ਼ੋਅ ਮਿਲਿਆ ਤਾਂ ਉਹ 'ਚ ਵੀ ਮੈਂ ਆਡੀਸ਼ਨ ਦਿੱਤਾ ਸੀਗਾ, ਉਹ 'ਚ ਵੀ ਆਡੀਸ਼ਨ ਦਿੱਤਾ, ਔਰ ਜਿੱਥੇ ਜਿੱਥੇ ਅੱਜ ਤੱਕ ਮੈਂ ਆਡੀਸ਼ਨ ਦਿੱਤਾ ਉਹ ਮੈਂ ਕੰਮ ਕੀਤੇ। ਲਖਵਿੰਦਰ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਹਿੰਦੀ ਫਿਲਮਾਂ ਤੁਸੀਂ ਕੀਤੀਆਂ, ਸੁਹਾਲੀ ਖਾਨ ਹੋਣਾਂ ਦੇ ਨਾਲ ਤੁਸੀਂ ਕੰਮ ਕੀਤਾ ਹੈ ਨਾ, ਵਿਵੇਕ ਓਬਰਾਏ ਹੋਣਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ, ਕਿਵੇਂ ਦਾ ਐਕਸਪੀਰੀਅੰਸ ਰਿਹਾ ਇੰਨੀ ਸਟਾਰ ਕਾਸਟ ਦੇ ਨਾਲ ਕੰਮ ਕਰਨ ਦਾ? ਬਹੁਤ ਵਧੀਆ, ਉਹ ਤੇ ਬਹੁਤ ਹੀ ਹੰਬਲ ਔਰ ਬਹੁਤ ਕੋਆਪਰੇਟਿਵ ਪਰਸਨੈਲਿਟੀ ਨੇ। ਨਾਈਸ, ਹਾਂਜੀ, ਬਹੁਤ ਡਾਊਨ ਟੂ ਅਰਥ ਜਿੰਨਾ ਮੈਂ ਉਹਨਾਂ ਦੀ ਸਿਫਤ ਕਰਾਂ ਥੋੜੀ। ਕਿਸਮਤ, ਪੈਸਾ, ਲਵ ਤੇ ਦਿੱਲੀ ਤੁਸੀਂ ਫਿਲਮ ਵਿਵੇਕ ਓਬਰਾਏ ਹੋਣਾਂ ਦੇ ਨਾਲ ਕੀਤੀ, ਤੇ ਉਹਨਾਂ ਉਸ ਫਿਲਮ ਦਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ, ਵਿਵੇਕ ਓਬਰਾਏ ਹੋਣਾਂ ਨੂੰ ਉਸ ਫਿਲਮ ਦੇ ਵਿੱਚ ਮਿਲਣਾ, ਕਿਉਂਕਿ ਪਿੰਡ ਦਾ ਇੱਕ ਪੰਜਾਬ ਦੇ ਪਿੰਡ ਦਾ ਮੁੰਡਾ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਗਿਆ, ਬੋਂਬੇ ਦੀ ਇੰਡਸਟਰੀ ਦੇ ਵਿੱਚ ਜਾ ਕੇ ਐਡੇ ਵੱਡੇ ਕਲਾਕਾਰਾਂ ਦੇ ਨਾਲ ਮਿਲ ਰਿਹਾ, ਤੇ ਕਿਵੇਂ ਦਾ ਮਹਿਸੂਸ ਹੋਇਆ? ਕਿਸਮਤ ਲਓ ਪੈਸਾ ਦਿੱਲੀ ਸੀਗੀ ਵਿਵੇਕ ਹੋਣਾਂ ਨਾਲ ਮੇਰੀ ਫਿਲਮ, ਮੱਲਿਕਾ ਸ਼ਰਾਵਤ ਸੀਗੀ ਉਹ 'ਚ, ਆਸ਼ੂਤੋਸ਼ ਰਾਣਾ ਜੀ ਸੀਗੇ, ਅਤੇ ਫਿਰ ਪਿਛਲੇ ਸਾਲ ਲੋਕਡਾਊਨ ਦੇ ਵਿੱਚ ਹੀ ਦਾ ਹਿਡਨ ਸਟ੍ਰਾਈਕ ਫਿਲਮ ਆਈ ਸੀਗੀ ਜੀ, ਉਹ ਵੀ ਮੈਂ ਵਨ ਆਫ ਦਾ ਲੀਡ ਸੀਗਾ ਉਸ ਫਿਲਮ ਦੇ ਵਿੱਚ ਵੀ, ਐਜ਼ ਏ ਸਰਦਾਰ ਹੀਰੋ, ਉਹ ਆਰਮੀ ਦੇ ਉੱਤੇ ਸੀਗੀ ਜੀ, ਸਰਜੀਕਲ ਸਟ੍ਰਾਈਕ ਦੇ ਉੱਤੇ ਸੀਗੀ, ਹਾਂਜੀ। ਲਖਵਿੰਦਰ, ਆਪਾਂ ਜਿੱਦਾਂ ਗੱਲ ਕਰ ਹੀ ਰਹੇ ਸੀ ਕਿ ਸਾਡੇ ਯੰਗਸਟਰਸ ਨੂੰ ਉੱਥੇ, ਤੁਸੀਂ ਦੱਸਿਆ ਕਿ ਬਹੁਤ ਸਾਰੇ ਆਡੀਸ਼ਨਸ ਦੇਣੇ ਪੈਂਦੇ ਨੇ, ਬਹੁਤ ਸਾਰਾ ਪੇਸ਼ੈਂਸ ਰੱਖਣਾ ਪੈਂਦਾ, ਸਟਰਗਲ ਹੈ, ਕਿਉਂਕਿ ਰਾਤੋਂ ਰਾਤ ਕੁਛ ਨਹੀਂ ਬਣ ਜਾਂਦਾ, ਇੱਕ ਲੰਬਾ ਸਫ਼ਰ ਜਿਹੜਾ ਹੈਗਾ ਉਹ ਤੈਅ ਕਰਨਾ ਪੈਂਦਾ। ਮੈਨੂੰ ਇਹ ਲੱਗਦਾ ਕਿ ਸਾਡੇ, ਅਸੀਂ ਪੰਜਾਬ ਦੇ ਜੰਮੇ ਪਲੇ ਜਿਹੜੇ ਹੈਗੇ ਆ, ਸਾਡੇ ਬੱਚੇ ਯੰਗਸਟਰ ਸਾਡੇ, ਉਹਨਾਂ ਨੂੰ ਇੱਕ ਪ੍ਰੋਬਲਮ ਇਹ ਵੀ ਆਉਂਦੀ ਹੋਏਗੀ ਫਲੂਐਂਸੀ ਦੀ, ਕਿਉਂਕਿ ਹਿੰਦੀ ਦੇ ਵਿੱਚ ਜਿਹੜੀ ਸਪੀਕਿੰਗ ਹੈ, ਫਲੂਐਂਸੀ ਦਾ ਦਿੱਕਤ ਮਤਲਬ ਸਭ ਤੋਂ ਵੱਡਾ ਹੁੰਦਾ ਹੋਏਗਾ, ਜਿਹਦੇ ਕਰਕੇ ਮੋਸਟਲੀ ਉਹ ਨਹੀਂ ਆਡੀਸ਼ਨਸ ਨਹੀਂ ਕਲੀਅਰ ਕਰ ਪਾਉਂਦੇ ਹੋਣਗੇ। ਉਹ ਇਸੇ ਕਰਕੇ ਹੁੰਦਾ, ਮੈਂ ਬਿੰਬੀ ਜੀ ਸਾਰੇ ਦਰਸ਼ਕਾਂ ਨੂੰ ਜਾਂ ਜਿਹੜੇ ਚਾਹਵਾਨ ਨੇ ਅਦਾਕਾਰੀ ਦੇ ਵਿੱਚ ਆਉਣ ਵਾਲੇ, ਉਹਨਾਂ ਨੂੰ ਦੱਸਦਿਆਂ ਕਿ ਜਦੋਂ ਤੱਕ ਤੁਹਾਡੇ ਕੋਲ ਸ਼ਬਦ ਨਹੀਂ ਹੋਣਗੇ, ਉਦੋਂ ਤੱਕ ਤੁਸੀਂ ਆਉਣੇ ਹੋ, ਇੱਕ ਐਕਟਰ ਉਦੋਂ ਤੱਕ ਆਉਣਾ ਜਦੋਂ ਤੱਕ ਉਹਦੇ ਕੋਲ ਸ਼ਬਦ ਨਹੀਂ ਹੈਗੇ। ਇਸ ਲਈ ਮੇਰਾ ਕੀ ਰਿਹਾ ਜੀ ਕਿ ਮੈਂ ਪੰਜਾਬੀ ਦੇ ਨਾਲ ਨਾਲ ਮੈਂ ਹਿੰਦੀ ਸਾਹਿਤ ਵੀ ਪੜ੍ਹਿਆ, ਹਾਂਜੀ, ਹਿੰਦੀ ਸਾਹਿਤ, ਕਹਾਣੀਆਂ, ਨਾਵਲ, ਪੋਇਟਰੀ, ਪੋਇਟਰੀ 'ਚ ਮੇਰਾ ਜ਼ਿਆਦਾ ਰੁਝਾਨ ਸੀਗਾ। ਦੋਸਤੋ, ਲਖਵਿੰਦਰ ਦੇ ਨਾਲ ਇਸੇ ਹੀ ਤਰ੍ਹਾਂ ਅਸੀਂ ਬਹੁਤ ਸਾਰੀਆਂ ਗੱਲਾਂ ਹੋਰ ਕਰਾਂਗੇ, ਫਿਲਹਾਲ ਵੇਲਾ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟ੍ਰੈਂਡਸੈਟਰ ਪੰਜਾਬੀ 'ਤੇ, ਤੁਸੀਂ ਜੁੜੇ ਹੋਏ ਹੋ ਗੱਪ ਸ਼ਪ ਚਾਹ ਦਾ ਕੱਪ ਵਿਦ ਲਖਵਿੰਦਰ ਸਿੰਘ।
ਲਗਵਿੰਦਰ ਆਪਾਂ ਗੱਲ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀ ਕਿ ਤੁਹਾਨੂੰ ਬਹੁਤ ਜ਼ਿਆਦਾ ਸ਼ੌਕ ਹੈ ਲਿਟਰੇਚਰ ਦਾ, ਹੈ ਨਾ, ਚਿਣਗ ਹੈ ਤੁਹਾਨੂੰ ਸਾਹਿਤ ਪੜ੍ਹਨ ਦੀ ਚਿਣਗ ਹੈ। ਤੁਸੀਂ ਨਸਰਾਲੀ ਉਹਨਾਂ ਦੀ ਸੰਗਤ ਦੇ ਵਿੱਚ ਰਹੇ ਹੋ, ਉਹਨਾਂ ਦੇ ਸਟੂਡੈਂਟ ਰਹੇ ਹੋ। ਬਲਜਿੰਦਰ ਨਸਰਾਲੀ ਉਹਨਾਂ ਦਾ ਸਟੂਡੈਂਟ ਹੋਵੇ ਤਾਂ ਉਹਨੂੰ ਸਾਹਿਤ ਪੜ੍ਹਨ ਦੀ ਜਿਹੜੀ ਮਸ ਨਾ ਹੋਵੇ ਇਹ ਹੋ ਨਹੀਂ ਸਕਦਾ। ਸੋ ਕਿੱਦਾਂ ਦਾ ਲਿਟਰੇਚਰ ਤੁਸੀਂ ਪੜ੍ਹਦੇ ਸੀ ਜਾਂ ਹੁਣ ਵੀ ਕਿੱਦਾਂ ਦਾ ਲਿਟਰੇਚਰ ਪੜ੍ਹਦੇ ਹੋ ਤੁਸੀਂ? ਮੈਨੂੰ ਹਮੇਸ਼ਾ ਇੱਕ ਤਾਂ ਜਿਹੜਾ ਅਗਾਂਹ ਵਧੂ ਸੋਚ ਦਾ ਜਿਹੜਾ ਲਿਟਰੇਚਰ ਸਾਹਿਤ ਹੈਗਾ ਮੈਨੂੰ ਚੰਗਾ ਲੱਗਿਆ, ਹਮੇਸ਼ਾ ਉਹਨੇ ਅਟਰੈਕਟ ਕੀਤਾ ਮੈਨੂੰ। ਪੰਜਾਬੀ ਸੂਫੀਜ਼ਮ ਮੈਨੂੰ ਨੇ ਬੜਾ ਅਟਰੈਕਟ ਕੀਤਾ ਹੈ। ਮੈਨੂੰ ਉਰਦੂ ਔਰ ਹਿੰਦੀ ਦੀ ਅੱਛੀ ਪੋਇਟਰੀ, ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਉਰਦੂ ਦਾ ਤਾਂ ਸਾਹਿਰ ਲੁਧਿਆਨਵੀ ਜੀ, ਅਲਾਮਾ ਇਕਬਾਲ ਸਾਹਿਬ, ਔਰ ਇਸ ਵੇਲੇ ਮੌਜੂਦਾ ਬਸ਼ੀਰ ਬਦਰ ਜੀ ਹੋ ਗਏ, ਮੁਨੱਵਰ ਰਾਣਾ ਹੋ ਗਏ, ਰਾਹਤ ਇੰਦੌਰੀ ਹੋ ਗਏ। ਹਾਂਜੀ ਲਖਵਿੰਦਰ, ਮੈਨੂੰ ਪਤਾ ਇਸ ਗੱਲ ਦਾ ਕਿ ਤੁਹਾਨੂੰ ਸਿਰਫ ਲਿਟਰੇਚਰ ਪੜ੍ਹਨ ਦਾ ਸ਼ੌਕ ਹੀ ਨਹੀਂ, ਤੁਸੀਂ ਲਿਖਦੇ ਵੀ ਹੈਗੇ ਹੋ, ਸ਼ਾਇਰੀ ਵੀ ਤੁਸੀਂ ਕਰਦੇ ਹੋ। ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਦੇ ਨਾਲ ਕੋਈ ਰੰਗ ਆਪਣੀ ਰਚਨਾ ਦਾ ਸਾਂਝਾ ਜ਼ਰੂਰ ਕਰੋ। ਹਾਂ ਮੈਂ ਦੋਸਤੋ, ਮੈਂ ਇੱਕ ਪੰਜਾਬੀ ਦਾ ਔਰ ਹਿੰਦੀ ਦਾ ਉਰਦੂ ਮਿਕਸ ਦਾ ਮੈਂ ਆਪਣਾ ਇੱਕ ਸ਼ੇਅਰ ਤੁਹਾਡੇ ਇਸ਼ਾਦ ਕਰ ਰਿਹਾ ਕਿ ਪੰਜਾਬੀ ਦਾ ਸੀਗਾ ਕਿ ਆਓ ਦੋਸਤੋ ਰਲ ਮਿਲ ਸਾਰੇ ਮੁਹੱਬਤਾਂ ਦੇ ਬਗੀਚੇ ਲਾਈਏ, ਆਓ ਦੋਸਤੋ ਰਲ ਮਿਲ ਸਾਰੇ ਮੁਹੱਬਤਾਂ ਦੇ ਬਗੀਚੇ ਲਾਈਏ, ਫੁੱਲ ਖਿੜਨ ਵਿੱਚ ਅਕਲਾਂ ਦੇ, ਪਾਣੀ ਵਿੱਚ ਮੁਸ਼ਕਤਾਂ ਦਾ ਪਾਈਏ। ਕਿਆ ਬਾਤ ਹੈ, ਬਹੁਤ ਅੱਛਾ। ਆਓ ਦੋਸਤੋ ਰਲ ਮਿਲ ਸਾਰੇ ਮੁਹੱਬਤਾਂ ਦੇ ਬਗੀਚੇ ਲਾਈਏ, ਫੁੱਲ ਖਿੜਨ ਵਿੱਚ ਅਕਲਾਂ ਦੇ, ਪਾਣੀ ਵਿੱਚ ਮੁਸ਼ਕਤਾਂ ਦਾ ਪਾਈਏ। ਹੋਵੇ ਨਾ ਕੋਈ ਤੇਰ ਮੇਰ, ਹੋਵੇ ਨਾ ਕੋਈ ਤੇਰ ਮੇਰ, ਭਾਵੇਂ ਕਿੰਨੀਆਂ ਵੀ ਵੱਟਾਂ ਪਾਈਏ, ਭਾਵੇਂ ਕਿੰਨੀਆਂ ਵੀ ਵੱਟਾਂ ਪਾਈਏ। ਹਾਂਜੀ। ਔਰ ਉਰਦੂ ਦੀ ਗੱਲ ਕਰਾਂ ਤੇ ਇੱਕ ਮੇਰਾ ਸ਼ੇਰ ਹੈਗਾ ਕਿ ਮਾਂ ਦੇ ਉੱਤੇ, ਤੇਰਾ ਤਸੱਵਰ ਤੇਰੀ ਯਾਦ ਮੇਰੇ ਸਾਥ ਹੈ ਹਰਦਮ, ਤੇਰਾ ਤਸੱਵਰ ਤੇਰੀ ਯਾਦ ਮੇਰੇ ਸਾਥ ਹੈ ਹਰਦਮ, ਤਭੀ ਤੋ ਸੋਚੂ ਇਹ ਜ਼ਿੰਦਗੀ ਇਤਨੀ ਹਸੀ ਕਿਉਂ ਹੈ ਮਾਂ, ਤੇਰਾ ਤਸੱਵਰ ਤੇਰੀ ਯਾਦ ਮੇਰੇ ਸਾਥ ਹੈ ਹਰਦਮ, ਤਭੀ ਤੋ ਸੋਚੂ ਇਹ ਜ਼ਿੰਦਗੀ ਇਤਨੀ ਹਸੀ ਕਿਉਂ ਹੈ ਮਾਂ, ਜਬ ਵੀ ਤੇਰੇ ਜੰਨਤ ਭਰੇ ਆਂਚਲ ਮੇਂ ਬੈਠ ਜਾਤਾ ਹੂੰ ਆਕਰ, ਜਬ ਵੀ ਤੇਰੇ ਜੰਨਤ ਭਰੇ ਆਂਚਲ ਮੇਂ ਬੈਠ ਜਾਤਾ ਹੂੰ ਆਕਰ, ਟੂਟ ਕੇ ਬਿਖਰ ਜਾਤਾ ਹੈ ਗਮੋਂ ਕਾ ਪਿੰਜਰਾ ਜਿਸ ਮੇਂ ਮੈਂ ਕੈਦ ਹੋਤਾ ਹੂੰ। ਬਹੁਤ ਅੱਛੇ ਅਦਾਕਾਰ ਹੋਣ ਦੇ ਨਾਲ ਨਾਲ ਸ਼ਾਇਰ ਵੀ ਬਹੁਤ ਅੱਛੇ ਹੋ, ਇਸ ਚੀਜ਼ ਨੂੰ ਅੱਜ ਕੱਲ੍ਹ ਬਰਕਰਾਰ ਰੱਖਿਆ ਹੋਇਆ? ਹਾਂਜੀ, ਹੁਣੇ ਫਿਰ ਇੱਕ ਹੋਰ ਮੈਂ ਪਿੱਛੇ ਜੇ ਇੱਕ ਖਿਆਲ ਆਇਆ, ਜਿਹੜਾ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਜਿਹੜਾ ਦੰਗਿਆਂ ਵਾਲਾ, ਜਿਹੜਾ ਔਰ ਪਤਾ ਨਹੀਂ ਕੀ ਮਿਲਦਾ ਲੋਕਾਂ ਨੂੰ ਇੱਕ ਦੂਜੇ ਨੂੰ ਲੜਾ ਕੇ, ਹੈ ਨਾ। ਮੇਰਾ ਸੀਗਾ ਕਿ ਆਪਣੇ ਹੋਠੋਂ ਪੇ ਪੈਗਾਮੇ ਮੁਹੱਬਤ ਰੱਖ, ਆਪਣੇ ਹੋਠੋਂ ਪੇ ਪੈਗਾਮੇ ਮੁਹੱਬਤ ਰੱਖ, ਛੋੜ ਦੇ ਲੜਨਾ ਭਿੜਨਾ ਇਹ ਕਤਲ ਵਾਰਤ ਕਦਮ, ਆਪਣੇ ਹੋਠੋਂ ਪੇ ਪੈਗਾਮੇ ਮੁਹੱਬਤ ਰੱਖ, ਛੋੜ ਦੇ ਲੜਨਾ ਭਿੜਨਾ ਇਹ ਕਤਲ ਵਾਰਤ ਕਦਮਨ, ਇਹ ਤੋਂ ਬਸ ਦੂਰੀਆਂ ਹੀ ਪੈਦਾ ਕਰੇਗੀ। ਕਿਆ ਬਾਤ ਹੈ, ਬਿਲਕੁਲ ਸਹੀ ਬਾਤ ਹੈ, ਬਹੁਤ ਅੱਛਾ ਮੈਸੇਜ, ਬਹੁਤ ਅੱਛਾ ਸੁਣਿਆ, ਕਿਉਂਕਿ ਇੱਕ ਸੈਂਸਿਟਿਵ ਬੰਦਾ ਜਿਹੜਾ ਹੈਗਾ, ਅਦਾਕਾਰ ਹੋਵੇ ਸ਼ਾਇਰ ਹੋਵੇ, ਉਹਦੇ ਅੰਦਰੋਂ ਮਾਨਵਤਾ ਦੇ ਲਈ ਮੁਹੱਬਤ, ਸਮਾਨਤਾ, ਇਕਸਾਰਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਵਨਾਵਾਂ ਹਾਂ ਨਿਕਲਦੀਆਂ ਨੇ। ਅੱਛਾ ਲਖਵਿੰਦਰ, ਤੁਹਾਨੂੰ ਪਤਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਜਿਹੜਾ ਟੱਪਿਆਂ ਵਾਲਾ ਲਖਵਿੰਦਰ ਕਰਕੇ ਵੀ ਜਾਣਿਆ ਜਾਂਦਾ ਸੀ। ਮੈਂ ਦੱਸ ਦੇਣਾ ਚਾਹੁੰਦੀ ਹਾਂ ਦਰਸ਼ਕਾਂ ਨੂੰ ਕਿ ਲਖਵਿੰਦਰ ਗਾਉਂਦਾ ਵੀ ਬਹੁਤ ਸੋਹਣਾ ਹੈ, ਔਰ ਕੁੜੀਆਂ ਸ਼ੌਕੀਨ ਹੁੰਦੀਆਂ ਸੀ ਲਖਵਿੰਦਰ ਦੀਆਂ, ਹੈ ਨਾ ਲਖਵਿੰਦਰ, ਕਿ ਲਖਵਿੰਦਰ ਬੈਠਦਾ ਸੀ ਚਾਹ ਦੇ ਕੱਪ ਆਸੇ ਪਾਸੇ ਹੁੰਦੇ ਸੀ, ਕੁੜੀਆਂ ਫਿਰ ਜਿਹੜੀਆਂ ਸੀ ਉਹ ਟੱਪੇ ਸੁਣਦੀਆਂ ਸੀ। ਲਖਵਿੰਦਰ ਹੋ ਸਕਦਾ ਕੋਈ ਸੁਣੀ ਲਵੇ ਅੱਜ ਫਿਰ ਤੁਹਾਨੂੰ ਅੱਜ ਦੁਬਾਰਾ ਫਿਰ ਸੁਣ ਲਏ, ਸੋ ਇੱਕ ਰੰਗ ਜਿਹੜਾ ਉਹ ਹੋ ਜਾਏ। ਤੁਸੀਂ ਇਹ ਤਾਂ ਯਾਦ ਕਰਾਤਾ ਅੱਜ ਮੈਨੂੰ, ਔਰ ਵਾਕਈ ਉਹ ਬੜੇ ਖੂਬਸੂਰਤ ਦਿਨ ਸੀਗੇ ਪੰਜਾਬੀ ਯੂਨੀਵਰਸਿਟੀ ਦੇ, ਔਰ ਮੈਨੂੰ ਲੱਗਦਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਫੈਸਟੀਵਲ ਦੀਆਂ ਸਟੇਜਾਂ ਤੇ ਬਹੁਤ ਗਾਇਆ ਤੁਸੀਂ? ਹਾਂਜੀ, ਔਰ ਮੈਨੂੰ ਲੱਖਾਂ ਟੱਪੇ ਕਹਿ ਜਾਂਦੇ ਸੀਗੇ, ਮੈਂ ਟੱਪੇ ਗਾਉਂਦਾ ਹੁੰਦਾ ਸੀ ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲੇ ਉਦੋਂ ਪੜ੍ਹਦੇ ਹਾਂ, ਅਤੇ ਮੈਂ ਇੱਕ ਦੋ ਟੱਪੇ ਸੁਣਾ ਰਿਹਾ, ਮੇਰੇ ਆਪਦੇ ਟੱਪੇ ਸੀਗੇ ਜੀ ਲਿਖੇ ਹੋਏ ਉਹ ਵੀ, ਅਤੇ ਹੋ ਸਕਦਾ ਕੋਈ ਹਸੀਨਾ ਹੁਣ ਉਹਨਾਂ ਟੱਪਿਆਂ ਨੂੰ ਫੇਰ ਸੁਣ ਕੇ। ਹੋ ਜੋਗੀ ਮੁੜ ਪਹਾੜਾਂ ਨੂੰ ਪਰਤੇ, ਹੋ ਜੋਗੀ ਮੁੜ ਗਏ, ਹੋ ਜੋਗੀ ਮੁੜ ਪਹਾੜਾਂ ਨੂੰ ਪਰਤੇ,
चरखे दी कूक ना रही नी जिंदे मेरी ए। बिंबी जी पहला टप्पा सीगा कि जोगी उत्तर पहाड़ों आए चरखे दी कूक सुन के जिंदे मेरी ए, पर तुसी वेख्या होगा इस वेले ना हुण चरखे ने ते ना त्रिंजना ने, फिर उहदे उत्ते इक होर टप्पा सीगा, हो ना चरखे ते ना ही त्रिंजना, ना चरखे ना चरखे ते ना ही तरिंजना, पूनिया गलोटे रुस गए ने जिंदे मेरी। बिल्कुल सही गल है, वैसे एक रंग हो माहौल बने हुए है, हो तेरे ना दी फेर दा माला, तेरे नाम दी हो, तेरा नाम, तेरा नाम नी हाय हाय, तेरा ना हो तेरे ना दी फिर दा माला, खैर पले पा जाहिरिये ने जिंदे मेरी। अच्छा किसी ने फिर कोई पल्ले खैर पाई पाई किसी ने खैर पल्ले ये रियलिटी है। यूनिवर्सिटी दे विच मतलब पढ़े हो आर्ट ना रिलेटेड हो, कुड़ियां इन फैन हो ते खैर तो पैनी चाहिए, मतलब कोई साझा करो कोई है। एक्चुअली मैं खैर मैं तो कि रब ने शायद मैं लगता मेरा ध्यान भटक नहीं दिता, और शायद फिर मैं किसी का ध्यान भटकाया हो सकता है। नहीं बड़ी खूबसूरत यादा रही ने यूनिवर्सिटी दियाँ, बहुत ही प्यार सारे दोस्तों ने, बहुत ही परिवारक माहौल रहा जिन्हें भी दोस्त सीगे भावें मुंडे सीगे भावें कुड़ियां सीगियां, और अजे भी यानी कि मेरा उन्होंने जोड़ा है वास्ता हैगा जोड़ा है। अच्छा लखविंदर तुम पहला पब्लिक कॉलेज समाणा पढ़े, फिर तुम महिंद्रा कॉलेज के पढ़े, फिर तुम पंजाबी यूनिवर्सिटी पटियाला थिएटर एंड टैलीविजन डिपार्टमेंट के एम ए की, लगता है लखविंदर कि मेरे विच केड़ी इहो जी चीज़ सी जिहड़ी सारियां नूं खिंचदी सी अपील करदी सी, लखविंदर खुद की सोचदा की है उह जिहा उहदे विच? मैनूं लगता है कि एक इंसान घरों लैके आउंदा जो कुछ भी लैके आउंदा, तुहाडियां जड़ां थोड़े रूट्स, और उही चीज़ जिहड़ा जड़ां नाल जुड़ा जिहड़ा जुड़िया होया सीगा या ਉਹੀ ਚੀਜ਼ ਮੇਰੇ ਦੋਸਤਾਂ ਨੂੰ ਚੰਗੀ ਲੱਗਦੀ ਸੀ। ਅੱਛਾ ਲਖਵਿੰਦਰ ਜਿੱਦਾਂ ਤੁਹਾਨੂੰ ਵੀ ਪਤਾ ਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਯੂਨੀਵਰਸਿਟੀ ਦੇ ਨਾਲ ਤੁਸੀਂ ਯੂਥ ਫੈਸਟੀਵਲ ਦੀਆਂ ਸਟੇਜਾਂ 'ਤੇ ਬਹੁਤ ਗਾਉਂਦੇ ਸੀਗੇ, ਹੈ ਨਾ, ਅਤੇ ਅਦਾਕਾਰ ਹੋਣਾ ਤਾਂ ਸੁਭਾਵਿਕ ਹੈ ਜੋ ਤੁਸੀਂ ਥੀਏਟਰ ਇੰਟੈਲੀਜੈਂਟ ਡਿਪਾਰਟਮੈਂਟ ਦੇ ਥੀਏਟਰ ਐੱਮ ਏ ਕਰ ਰਹੇ ਸੀ ਅਤੇ ਨਾਲ ਨਾਲ ਸਿੰਗਿੰਗ ਦਾ ਸ਼ੌਂਕ ਵੀ ਸੀ, ਅਤੇ ਤੁਸੀਂ ਸੋਚਿਆ ਨਹੀਂ ਕਿ ਮੈਂ ਸਿੰਗਿੰਗ ਦੇ ਵੱਲ ਵੀ ਜਾਵਾਂ, ਅਦਾਕਾਰੀ ਨੂੰ ਕਿਉਂ ਚੁਣਿਆ? ਕਈ ਵਾਰੀ ਗਿਆ ਦੋਸਤਾਂ ਨੇ ਤਾਂ ਸਾਰਿਆਂ ਨੇ ਇਹੀ ਕਿਹਾ ਮੈਨੂੰ ਕਿ ਹਾਂਜੀ ਹਾਂਜੀ ਕਿ, ਪਰ ਜਿਹੜੀ ਮੇਰੀ ਜੋ ਮੈਨੂੰ ਅੰਦਰੋਂ ਲੱਗਦਾ ਸੀਗਾ ਕਿ ਮੈਂ ਵਧੀਆ ਸਿੰਗਰ ਨਹੀਂ ਹੈਗਾ, ਮੈਂ ਵਧੀਆ ਗਾਇਕ ਨਹੀਂ ਹੈਗਾ, ਕਿਉਂਕਿ ਹਾਂਜੀ ਮੇਨਲੀ ਸੀਗਾ ਕਿ ਮੈਂ ਐਕਟਰ, ਮੈਨੂੰ ਸੀਗਾ ਕਿ ਐਕਟਰ ਹਾਂ ਮੈਂ ਅਤੇ ਮੈਂ ਐਕਟਿੰਗ ਕਰਨੀ ਹੈ, ਮੈਨੂੰ ਪ੍ਰਿਓਰਿਟੀ ਸੀਗੀ ਜਿਹੜੀ ਐਕਟਿੰਗ, ਇਸ ਲਈ ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਜਾਂ ਮੇਰੇ ਦੋਸਤ ਵੀ ਮੈਨੂੰ ਕਹਿੰਦੇ ਆ ਕਹਿੰਦੇ ਯਾਰ ਤੂੰ ਗਾ, ਫਿਰ ਮੈਂ ਕਿਹਾ ਕਦੀ ਨਾ ਕਦੀ ਮੈਂ ਜ਼ਰੂਰ ਗਾਊਂਗਾ ਕਿਸੇ ਫਿਲਮ ਦੇ ਵਿੱਚ ਐਜ਼ ਅ ਪਲੇਬੈਕ ਸਿੰਗਰ। ਦੋਸਤੋ ਲਖਵਿੰਦਰ ਦੇ ਨਾਲ ਇਸੇ ਹੀ ਤਰ੍ਹਾਂ ਅਸੀਂ ਬਹੁਤ ਸਾਰੀਆਂ ਗੱਲਾਂ ਹੋਰ ਕਰਾਂਗੇ, ਫਿਲਹਾਲ ਵੇਲਾ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ।
इस वक्त तुसी जुड़े हुए हो गप शप चाह का कप दे विच लखविंदर होना दे नाल जिन्हां ने 25 किले ढोल रत्ती मिट्टी ना फरोल जोगिया 31 अक्तूबर ते होर बहुत सारियां हिंदी पंजाबी फिल्मां कीतियां वैब सीरीज़ भी लखविंदर तुसी कीतियां एड्स भी तुसी कीतियां कुछ एड्स के बारे भी साढ़े दर्शकों के नाल सांझा करो। हाँ जी, मेरी कोलगेट की एड सी जी और इंटरनेशनल एड सी ये और कोलकाता नाइट राइडर्स की IPL 2020 टीम सी वो एड सी गोफर मोर और सद्भाव एड सी सेंटर गौर भारत सरकार की एड सी और कई कमर्शियल्स मैं दुबई ले जिमें कोई मेडिकल दी की US कैनेडा लिए कमर्शियल्स मेरिया मैं वो की। अच्छा लखविंदर वाह जुगनी वाह भी तुसी बहुत अच्छा अपने किरदार निभाया सैकेंड लीड तुसी उस वैब सीरीज़ के काम किया इस तो अलावा साढ़े दर्शकों को दसो कि होर कि वैब सीरीज़ के काम किया। हाँ जी वाह जुगनी वाह पंजाबी वैब सीरीज़ सी विराट हिंदी सी और हुण जिहड़ा हैगा कि दो होर जिहड़ियां वैब सीरीज़ और आ रही ने अपनिया जिहदे विच तख्तगढ़ एक आ रही है। हाँ जी लखविंदर तुहाडा बॉम्बे की लाइफ बहुत जिहड़ी हैगी स्ट्रगलफुल भी रही है सक्सैसफुल भी रही है क्योंकि स्ट्रगल तो बाद दे विच जो सक्सैस मिलता है तो बंदे नूं थोड़ी राहत भी मिलती है। साढ़े यंगस्टर्स जिहड़े ने वड्डी तादाद दे विच बॉम्बे वल भज रहे ने वड्डे वड्डे सुपने लैके जा रहे ने जदों उन्हां नूं नहीं मिलता वो मुकाम जां उन्हां दे विच इन्ना पेशेंस नहीं होंदा तां कदे कई बार बहुत आदत डिप्रैशन का शिकार भी होंगे ने जां फिर उन्हां नूं कोई राह नहीं दिखता की तुसीं सांझा करना चाहोगे उन्हां नूं कोई मैसेज देना चाहोगे। मेरे कोल मुंबई मुंडे मिलन आउंदे पंजाब तों गए हुए और मैं कदी भी नहीं कहिंदा उन्हां नूं कि यार मैं बिजी हाँ कितें ये वो बट जिहड़ा बंदा कोई टेंशन लैके आउंदा जिहड़ा मुंडा मैनूं लगदा है कि मैं उन्हां नूं सद लैंदा घरे आ जाओ मेरे कोल फिर उन्हां नूं इहो ही गल मैं सारिआं नूं दोस्तां नूं जिन्ने भी अदाकार बनना चाहुंदे ने कलाकार बनना चाहुंदे ने या किसी भी फील्ड दे विच जाना चाहुंदे ने सारिआं लई इक्को ही रूल है तुहाडी मेहनत तुसीं उस टारगेट लई किन्नी मेहनत कीती है पेशेंस किन्ना। हाँ जी और मोस्टली मैं फिर गल कर रहा हाँ कि घरों तां हरेक तुर पैंदा पर हुनर लैके नहीं कोई तुरदा जदों तुहाडे कोल हुनर होऊगा तुहानू सारे पासे मैं कहिना काम मिलना ही मिलना है हुनर दे नाल तुहानू जिहड़ा पेशेंस होना। हाँ जी पेशेंस होनी बहुत जरूरी है और देखो ट्रेनिंग लैनी बहुत जरूरी है पहला अपने आप नू एनालाइज करो खुद की पड़चोल करो सब तो पहला तो सेल्फ एनालिसिस। हाँ जी कि तुसी की हो तुहाडे च बेस्ट की है धोखे च ना रखो उत्थे मैं वेख्या कि मुंडे बहुत ज्यादा धोखे च बहुत होंदे आ मुंडे उत्थे ख्वाबी पलाव लैके आ जांदे ने वहम पाल के आउंदे ने जे जे हरेक सोहना सुनखा हैगा तां जरूरी नहीं हैगा हीरो बन जूगा उह नो बिल्कुल लखविंदर ये एग्जाम्पल्स जिहड़ियां नेगियां साढ़े कोल हिंदी फिल्मों के बहुत वड्डियां पईयां होईयां कि कोई जरूरी नहीं है कि तुहाडा जिहड़ा आउटर ही सुंदर होवे तां ही तुहानूं जिहड़ी हैगी ब्रेक मिलदी है तुहाडा इंटरनल जिहड़ा टैलेंट होना वह भी बहुत मायने रखता है। हाँ जी हाँ जी हाँ जी सो मैं फिर दोबारा इहो ही गल कहूँगा नौजवानों नूं कि दोस्तों सब तो पहला अपने आप दे नाल तुहाडी ईमानदारी होनी चाहिए है अपने टारगेट नूं लैके अपनी मंजिल नूं लैके ਉਹਨੂੰ ਉਹਦੇ 'ਤੇ ਵਰਕ ਕਰੋ ਜਿੰਨਾ ਕਰ ਸਕਦੇ ਹੋ ਤੁਸੀਂ ਪੋਲਿਸ਼ ਕਰੋ ਆਪਣੇ ਆਪ ਨੂੰ ਜੇ ਤੁਸੀਂ ਸਿੰਗਰ ਹੋ ਤਾਂ ਤੁਸੀਂ ਉਹ ਗਾਇਕੀ ਦੇ ਵਿੱਚ ਆਪਣੇ ਆਪ ਨੂੰ ਪੋਲਿਸ਼ ਕਰੋ ਅਦਾਕਾਰ ਹੋ ਤਾਂ ਤੁਸੀਂ ਪੋਲਿਸ਼ ਕਰੋ ਔਰ ਫਿਰ ਆਪਣੇ ਆਪ ਆਟੋਮੈਟਿਕਲੀ ਹਾਂਜੀ ਤੁਹਾਡੀ ਯਾਨੀ ਕਿ ਬਾਂਹ ਫੜੀ ਹੀ ਜਾਊਗੀ ਨੇਚਰ ਜਿਹੜੀ ਹੈਗੀ ਹੈ ਤੁਹਾਡਾ ਸਾਥ ਦਿੰਦੀ ਹੈ। ਹਾਂਜੀ ਤੁਹਾਨੂੰ ਮਤਲਬ ਵੀ ਮੇਰਾ ਇੱਕ ਸ਼ੇਰ ਮੈਂ ਫਿਰ ਤੁਸੀਂ ਕਹੋਗੇ ਸ਼ੇਰ ਬਹੁਤ ਬੋਲਦਾ ਮੈਂ ਇੱਕ ਸ਼ੇਰ ਯਾਦ ਆ ਗਿਆ ਮੈਨੂੰ ਇਸੇ ਚੀਜ਼ ਦੇ ਉੱਤੇ ਕਹਿੰਦਾ ਤਾਂ ਉਮਰ ਬਸ ਇੱਕ ਯਹੀ ਸਬਕ ਯਾਦ ਰੱਖੀ ਤਾਂ ਉਮਰ ਬਸ ਇੱਕ ਯਹੀ ਸ਼ਬਦ ਸਬਕ ਯਾਦ ਰੱਖੀਏ ਇਸ਼ਕ ਔਰ ਇਬਾਦਤ ਮੇ ਨੀਅਤ ਸਾਫ਼ ਰੱਖੀਏ ਨੀਅਤ ਸਾਫ਼ ਰੱਖੀਏ ਬਿਲਕੁਲ ਬਿਲਕੁਲ ਸਾਫ਼ ਨੀਅਤ ਦੇ ਨਾਲ ਤੁਸੀਂ ਚੱਲੋਗੇ ਤੇ ਦੋਸਤੋ ਆਪਣੀ ਮੰਜ਼ਿਲ ਸਰ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਦਿਲਾ ਕੇ ਹੌਸਲਾ ਟਾਉਣਾ ਇਸ਼ਕ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ ਚਰਨ ਸਿੰਘ ਸਾਹਿਬ ਜੀ ਹਾਂਜੀ ਗੀਤ ਹੈ ਇਹ ਹਾਂਜੀ ਸੋ ਤੂੰ ਤੁਰਿਆ ਚੱਲ ਅਟਕੀ ਨਾ ਡਰੀ ਨਾ ਬਿਲਕੁਲ ਬਿਲਕੁਲ ਜੀ ਕਿਸੇ ਦੀ ਕੀ ਮਜ਼ਾਲ ਕੇ ਦੇ ਕੇ ਦਗਾ ਕੋਈ ਤੈਨੂੰ ਚਲਾ ਜਾਵੇ ਤੂੰ ਕਰ ਲਈ ਕੈਦ ਸੂਰਜ ਨੂੰ ਤੇ ਮੁੱਠੀ ਵਿੱਚ ਹਵਾ ਰੱਖੀ।
इस तरह का जज्बा जिहड़ा होना बहुत ज्यादा जरूरी है, पेशेंस होना बहुत ज्यादा जरूरी है, तुहाडे विच एक दूर दृष्टि होनी बहुत जरूरी है। बिल्कुल बिल्कुल जी, बिल्कुल यह जिहड़ियां कुछ मोटिवेशनल गल्लां ने जिहड़ियां आपां थोड़ी हां जी हां जी दे लई कीतियां ने। अच्छा लखविंदर, बहुत गल्लां आपां कर लई होईआं, मैं एक गल जरूर जिहड़ी कम्म दी पुछणा चाहुंदी आ, हुण अगे दा कुछ सोचिआ, मतलब अगे दा साडे दर्शक बखूबी समझ गए होणगे इस गल नूं, मतलब अगली लाइफ बारे कुछ सोचिआ? तुहाडा सवाल बिल्कुल जायज़ है, पर अजे फिलहाल तो मैं जिमें हुण तुहानूं दस्सिआ कि जिमें कंट्री साइड गुंडे फिल्म की थी और तख्तगढ़ की थी, हुण ओह खत्म हो गया, हुण मैं सोच रहा हुण इह सोचिआ कि जिहड़ी हुण अगली फिल्म हैगी है मैं उहदे लई उहदी प्रैपरेशन चल रही है। फिलहाल फिलहाल मैं इही सोचिआ। लखविंदर बहुत तेज है वैसे, राह नहीं दे रहा, मुड़ कर रही हूँ। अच्छा लखविंदर, हुण आपां तुहाडे आउण वाले प्रोजैक्ट्स दे बारे विच गल करिए, की है आउण वाले समें दे विच दर्शकां लई कि तुसी आ रहे हो, केड़े प्रोजेक्ट है साडे नाल सांझे करो? आने वाले जिहड़े प्रोजेक्ट्स ने, तीन चार मूवीज ने पाइपलाइन दे विच, जिहदे विचों तख्तगढ़ मैं दस्सिया तुहानूं हिंदी वैब सीरीज़ हैगी जिहड़ी आ रही है, और कंट्री साइड गुंडे, और फिर एक फिल्म मेरी हैगी है जिहड़ी हिंदी हैगी है जी, वो मैं एज अ मेन लीड कर रहा। और अजे मैं सॉरी ना नहीं डिस्कलोज कर सकता अजे, और दो फिल्मां मेरे कोल पंजाबी हैगियां ने जी, हाँ जी, जिहदे लई मैं हुण प्रैपरेशन मेरी चल रही है। वो की हुंदा कि एक्टर नूं कदी तां कहिंदे भार घटा लै, ते ओ पिछे जे मैं भार घटाया ते लॉकडाउन लग गया, वो हो गया। हुण जिहड़ा नैक्सट प्रोजेक्ट्स हैगा मेरा, जिहड़ा प्रोजेक्ट हैगा उहदे लई ओह कहिंदे थोड़ा जिहा गेन कर, हुण मैं गेनिंग ते लगा होया। लखविंदर तुसीं इह बिल्कुल सही गल कही, आई एग्री विद यू कि आर्टिस्ट नूं अकॉर्डिंग टू समा, अकॉर्डिंग टू प्रोजेक्ट जिहड़ा है कदे भार घटाउणा पैंदा, कदे वधाउणा पैंदा, और बहुत सारियां चीज़ां त्यागणियां पैंदियां ने, स्वाद त्यागणे पैंदे आ, जीभ ते कंट्रोल रखना पैंदा, मन ते कंट्रोल रखना पैंदा। बिल्कुल सही कही है तुसीं इह गल। एक्चुअली विंपी जी, जिहड़ा हीरो बनना सौखा नहीं हैगा, हाँ जी बहुत तपस्या उहदे लई, बहुत तपस्या। एक आम करैक्टर जिहड़े फिल्म च हुंदे ने उहदे लई मैं भावें कुछ भी ना करां, है ना, ढिड कढ लां जां ना करां कुछ चल जूगा, हाँ, पर जदों तुसीं हाथी ते सवार हो गए हो फिर वह बड़ा थोनों सोच समझ के, मन भी कंट्रोल, जीभ भी कंट्रोल, सारियां संजम संजम ही होना पैंदा तुहानूं, बहुत ज्यादा साधना मंगदी है एक्चुअली जिहड़ी कला है, कि बेशक किसी भी फील्ड दे विच होवे साधना मंगदी है। अच्छा एक लखविंदर, स्कूल पिंड दे स्कूल तो लैके समाणा कॉलेज, महिंद्रा कॉलेज, यूनिवर्सिटी का सफ़र, फिर बॉम्बे तक का सफ़र, ये सारे समय के दौरान कोई याद खट्टी मिठी, कोई चंगे माड़े पल जिहड़ा तुहाडे ज़हन च अज तक भी आउंदे होण, सांझा करो साडे दर्शकां दे नाल। इदां सी जी कि एवें कह दें कि माड़ा वक्त तो बड़ा आया, पर शुक्र है कि वह वाहिगुरू का आशीर्वाद ही रहा हमेशा सिर दे उत्ते मेरा। एक फिर वो उत्ते एक मैं फिर गल मीज के शेर दे विच ही मैं अपने जिहड़ा मेरा एक शेर है, कहिंदे ख्याल चादर ओढ़ कर तेरी चलता हूँ घर से, क्या बात है, ख्याल चादर ओढ़ कर तेरी चलता हूँ घर से, तेज धूप ही मुझे सलाम करती है, क्या बात है, बहुत अच्छी लग रही है, तुसी ते मिलन हो रहा, हाँ जी। सो के ओदी जदों दे आउट लैके असी चलते हैं ना जी, जदों उनू अंग संग तुसी समझ लैंदे हो कि है, क्योंकि गल हुंदी समझण दी, हाँ जी, फेथ विश्वास तुहाडा, ਉਹ ਵਿਸ਼ਵਾਸ ਨੇ ਮੈਨੂੰ ਡਿੱਗਣ ਨਹੀਂ ਦਿੱਤਾ। ਮੈਂ ਬਹੁਤ ਮਾੜਾ, ਹਾਂਜੀ ਬਿਲ ਬਾਬਰ, ਮੈਨੂੰ ਬੜਾ, ਮੈਂ ਬੜਾ ਮਾੜਾ ਟਾਈਮ ਦੇਖਿਆ, ਮੈਂ ਪਾਣੀ ਦੇ ਵਿੱਚ ਬਿਸਕਿਟ ਪਿਓ ਪਿਓ ਕੇ ਖਾਧੇ ਹੋਏ ਆ ਮੁੰਬਈ ਦੇ ਵਿੱਚ, ਸਾਡੇ ਕੋਲ ਸਿਰਫ ਰੈਂਟ ਦੇਣ ਲਈ ਪੈਸੇ ਹੁੰਦੇ ਸੀਗੇ, ਰੋਟੀ ਕਿਹਦੇ ਨਾਲ ਖਾਣੀ ਅਸੀਂ ਦੁਪਹਿਰ ਦੀ ਜਾਂ ਰਾਤ ਦੀ ਨਹੀਂ ਸੀ ਪਤਾ, ਪਰ ਰੂਟਸ ਘਰੋਂ ਜਿਹੜਾ ਮੈਨੂੰ ਵਿਰਸੇ ਦੇ ਚੀਜ਼ਾਂ ਜਿਹੜੀਆਂ ਮਿਲੀਆਂ ਸੀ, ਹੌਸਲਾ ਡੈਡੀਕੇਸ਼ਨ ਬਜ਼ੁਰਗਾਂ ਨੇ ਜਿਹੜਾ ਦਿੱਤਾ ਸੀਗਾ, ਉਹਨੇ ਮੈਨੂੰ ਡਿੱਗਣ ਨਹੀਂ ਦਿੱਤਾ, ਉਹਨੇ ਹਾਂਜੀ ਡੋਲਣ ਨਹੀਂ ਦਿੱਤਾ ਉਸ ਚੀਜ਼ ਨੇ। ਕਰੋ ਇਹ ਬਹੁਤ ਵੱਡੇ ਲੈਸਨ ਵੀ ਹੁੰਦੇ ਆ, ਸਿਖਾਉਂਦੀਆਂ ਵੀ ਨੇ ਇਹ ਚੀਜ਼ਾਂ, ਹੈ ਨਾ ਤੁਹਾਨੂੰ, ਅਤੇ ਮੈਨੂੰ ਲੱਗਦਾ ਇੱਕ ਮੁਕਾਮ 'ਤੇ ਪਹੁੰਚ ਕੇ ਬੰਦੇ ਨੂੰ ਜਿਹੜੇ ਸਮਾਂ, ਉਹ ਸਮਾਂ ਮਾੜਾ, ਉਹ ਯਾਦ ਵੀ ਰੱਖਣਾ ਚਾਹੀਦਾ, ਉਹ ਹੀ ਉਹਨੂੰ ਜਿਹੜਾ ਹੈਗਾ ਉਹ ਆਮ ਬੰਦਿਆਂ ਦੇ ਨਾਲ, ਆਮ ਲੋਕਾਂ ਦੇ ਨਾਲ ਜੋੜਨ ਦੇ ਵਿੱਚ ਹੈਲਪਫੁੱਲ ਹੁੰਦਾ, ਜਾਂ ਇੱਕ ਦਇਆ ਉਹਦੇ ਅੰਦਰ ਜਿਹੜੀ ਉਹ ਬਣੀ ਰਹਿੰਦੀ ਹੈ, ਹੈ ਨਾ। ਮੋਸਟਲੀ ਕਹਿ ਦਿੰਦੇ ਨੇ ਕਿ ਲੋਕ ਪੈਰ ਛੱਡ ਜਾਂਦੇ ਨੇ, ਹੈ ਨਾ। ਮੇਰਾ, ਮੈਂ ਤੁਹਾਨੂੰ ਉਹੀ ਗੱਲ ਦੱਸਦਾ ਕਿ ਮੇਰੇ ਬਚਪਨ ਦੇ ਦੋਸਤ ਜਿਹੜੇ ਮੈਨੂੰ ਲੱਗਦਾ ਸੀ ਜਿਹੜੇ ਇਕੱਠੇ ਜੰਮੇ ਹੋਏ ਆ, ਉਹ ਵੀ ਅੱਜ ਤੱਕ ਮੇਰੇ ਨਾਲ ਨੇ, ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਜਿਹੜੇ ਨਾਲ ਪੜ੍ਹੇ ਆ ਸਕੂਲ ਦੇ ਵਿੱਚ ਪੜ੍ਹੇ ਆ, ਜਿਹੜੇ ਇਕੱਠੇ ਜੰਮੇ ਆ ਅਸੀਂ, ਉਹ ਵੀ ਮੇਰੇ ਨਾਲ ਨੇ, ਉਹ ਮੈਨੂੰ, ਉਹ ਮੇਰੀ ਸਟਰੈਂਥ ਹੈ, ਅੱਜ ਵੀ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ, ਔਰ ਮੈਨੂੰ ਲੱਗਦਾ ਕਿ ਜਿਹੜੀ ਮੈਂ ਜੰਗ ਜਿੱਤੀ ਹੈ
और उन्हां दीआं सारीआं दीआं दुआवां दे नाल। बिल्कुल, ये तुसीं सही गल कही है, क्योंकि वाइब्रेशनस हुंदीआं अपणिआं दीआं आसे पासे, क्योंकि कलाकार जिहड़ा हैगा उह सिर्फ अपने रिश्तेआं दा नहीं हुंदा, उह पूरी दर्शकां दा कलाकार हुंदा, उह दर्शकां दे नाल उहदा इक वड्डे कैनवस ते रिश्ता हुंदा। सो दुआवां जिहड़ीआं ने, वाइब्रेशनस जिहड़ीआं ने, वाकई बहुत मायने रखदीआं ने। नहीं तो वेखो कि मैं वो इन्नी दूर पटियाले तो 70-75 किलोमीटर दूर पिंड पैंदा मेरा, और किने सोचा होगा कि यार 70 mm दे उत्ते मुंडा एज ए हीरो आऊगा फिल्मों दे विच, है ना। लखविंदर गल्लां आपां बहुत लंबियां, मेरा दिल कर रहा होर भी आपां गल्लां करिए, पर गप शप चादा कप दे विच आके तुहानूं किवें दा लग्गिया? ट्रेंडसेटर पंजाबी दे जिहड़े गप शप विच चादा कप दे एपीसोड्स वेखदा रहिंदा, और मैनूं सब तो खूबसूरती गल लगदी है कि इहदी संजीदगी इस प्रोग्राम दी। हांजी, और क्योंकि तुसी लीक तो हट के अपनी जिहड़ी टॉक हुंदी है उहनां नाल वार्ता हुंदी है, जिन्ने भी इत्थे मेहमान आउंदे ने, और सब तो वड्डी गल फिर कि उह जिहड़े मेहमान उह बहुत अच्छियां साहित दीआं शख्सियतां ने। आपां तां जे कुछ भी नहीं हैगे ते तुसी माण बख्शिया मैनूं इत्थे आउण दा, पर मैं उह वेखदा कि जिन्नियां भी शख्सियतां दे तुसी इंटरव्यूज लए ने उह पंजाबी साहित दे बड़े सिरकड जिहड़े लोक ने। नहीं, तुसीं आरती दुनिया दे विच साडा सितारा है लखविंदर, और बहुत सारियां दुआवां लखविंदर तुहाडे ब्राइट फ्यूचर वास्ते आउण वाले समें दे लई। सो तुहाडे नाल गल्लां करके बहुत ज़्यादा वधिया लग्गिया, थैंक यू वैरी मच। बहुत बहुत धन्यवाद, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜਾਂਦਿਆਂ ਜਾਂਦਿਆਂ ਇੱਕ ਗੁਜ਼ਾਰਿਸ਼ ਤੁਹਾਨੂੰ ਕਰਨਾ ਚਾਹਾਂਗੇ ਦੋਸਤੋ, ਜੇਕਰ ਤੁਸੀਂ ਟ੍ਰੈਂਡਸੈਟਰ ਪੰਜਾਬੀ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ, ਬੈੱਲ ਆਈਕਨ ਨੂੰ ਦਬਾ ਦਿਓ, ਲਾਈਕ ਸ਼ੇਅਰ ਮੈਨੂੰ ਯਕੀਨ ਹੈ ਤੁਸੀਂ ਕਰ ਹੀ ਦੇਣਾ ਆ। ਸੋ ਤੁਹਾਡੇ ਜਿਹੜੇ ਹੁੰਗਾਰਾ ਆ, ਤੁਹਾਡੀਆਂ ਜਿਹੜੀਆਂ ਰਾਵਾਂ ਨੇ, ਤੁਹਾਡੇ ਸੁਜੈਸ਼ਨਸ ਨੇ, ਉਹ ਸਾਡੀ ਮੋਟੀਵੇਸ਼ਨ ਨੇ। ਤੁਹਾਨੂੰ ਕਿਵੇਂ ਦਾ ਲੱਗਿਆ ਟ੍ਰੈਂਡਸੈਟਰ ਪੰਜਾਬੀ ਦੇ ਸਾਰੇ ਪ੍ਰੋਗਰਾਮ, ਐਕਟੀਵਿਟੀਜ਼ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ, ਔਰ ਤੁਸੀਂ ਹੋਰ ਕੀ ਇੰਪਰੂਵਮੈਂਟਸ ਚਾਹੁੰਦੇ ਹੋ ਇਹ ਵੀ ਸਾਨੂੰ ਨਾਲ ਨਾਲ ਜ਼ਰੂਰ ਦੱਸਿਆ ਕਰੋ। ਅਗਲੇ ਹਫ਼ਤੇ ਫਿਰ ਕਿਸੇ ਹੋਰ ਮਾਣਮੱਤੀ ਹਸਤੀ ਦੇ ਨਾਲ ਮਿਲਾਂਗੀ ਗੱਪ ਸ਼ਪ ਵਿੱਚ ਚਾਹ ਦਾ ਕੱਪ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।